ਹਾਲੈਂਡ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਜੀ। ਅਤੇ ਜਿਵੇਂ ਪਿਛਲੇ ਵਲੌਗ 'ਚ ਤੁਹਾਨੂੰ ਦੱਸਿਆ ਸੀ, ਹਾਲੈਂਡ ਨੂੰ ਨੀਦਰਲੈਂਡ ਵੀ ਕਹਿ ਜਾਂਦੇ ਆ, ਅਤੇ ਅਸੀਂ ਹਾਂ ਅੱਜ ਇਸ ਦੀ ਕੈਪੀਟਲ ਸਿਟੀ ਐਮਸਟਰਡਮ। ਅਤੇ ਜਿਹੜਾ ਇਹ ਸ਼ਹਿਰ ਹੈ, ਇਹ ਯੂਰਪ ਦਾ ਮੋਸਟ ਪਾਪੂਲਰ ਸਿਟੀ ਆ। ਲੱਖਾਂ ਹੀ ਲੋਕ ਇਹਨੂੰ ਸਾਲਾਂ ਦੇ ਵਿੱਚ ਘੁੰਮਣ ਆਉਂਦੇ ਆ, ਅਤੇ ਬਹੁਤ ਜ਼ਿਆਦਾ ਸੋਹਣਾ। ਸਾਰੇ ਜਾਣੇ ਇਹਨੂੰ ਜਾਣਦੇ ਹੋਣਗੇ ਕਿਉਂਕਿ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਇਹ ਆਇਆ ਹੋਇਆ। ਅਤੇ ਅੱਜ ਆਪਾਂ ਦੇਖਦੇ ਹਾਂ ਕਿ ਕਿੱਦਾਂ ਦਾ ਇਹ ਸ਼ਹਿਰ ਹੈ ਅਤੇ ਕੀ ਕੁਝ ਇੱਥੇ ਘੁੰਮਣ ਆਉਣਾ, ਇੱਥੇ ਦੇਖਣ ਵਾਲਾ, ਉਹ ਸਾਰੀਆਂ ਚੀਜ਼ਾਂ ਅਸੀਂ ਅੱਜ ਪੂਰੇ ਦਿਨ 'ਚ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਉਣੀਆਂ। ਮੌਸਮ ਇੱਥੇ ਦਾ ਕਾਫੀ ਜ਼ਿਆਦਾ ਸੋਹਣਾ ਹੈਗਾ, ਜਿਵੇਂ ਜੁਲਾਈ ਦਾ ਮਹੀਨਾ ਚੱਲ ਰਿਹਾ ਨਾ, ਅਤੇ ਨਾ ਹੀ ਜ਼ਿਆਦਾ ਗਰਮੀ ਹੈ ਅਤੇ ਨਾ ਹੀ ਜ਼ਿਆਦਾ ਠੰਡ ਹੈਗੀ, ਕੰਫਰਟੇਬਲ ਵੈਦਰ ਹੈ। ਅਤੇ ਅਸੀਂ ਜਿਹੜਾ ਆਪਣਾ ਅੱਜ ਦਾ ਸਫ਼ਰ ਹੈ, ਇਹ ਸ਼ੁਰੂ ਕਰ ਰਹੇ ਹਾਂ ਸੈਂਟਰਲ ਸਟੇਸ਼ਨ ਦੇ ਕੋਲੋਂ। ਇਹ ਮੇਰੇ ਪਿੱਛੇ ਐਮਸਟਰਡਮ ਸੈਂਟਰਲ ਦਾ ਰੇਲਵੇ ਸਟੇਸ਼ਨ ਹੈ। ਅਤੇ ਜਦੋਂ ਤੁਸੀਂ ਕਦੇ ਏਅਰਪੋਰਟ ਤੋਂ ਆਉਣਾ ਹੋਵੇ, ਭਾਵੇਂ ਸਿਟੀ 'ਚ, ਭਾਵੇਂ ਕਿਤੇ ਵੀ ਤੁਹਾਡਾ ਹੋਟਲ ਹੈ, ਅਤੇ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਇਸ ਜਗ੍ਹਾ 'ਤੇ ਆਉਂਗੇ, ਕਿਉਂਕਿ ਇਹ ਮੇਨ ਮਤਲਬ ਹੱਬ ਹੈਗੀ ਟ੍ਰੇਨਸ ਦੀ, ਮੈਟਰੋਜ਼ ਦੀ, ਅਤੇ ਤੁਹਾਨੂੰ ਸਿੱਧਾ ਇੱਥੇ ਲਿਆ ਕੇ ਉਤਾਰਦੀ। ਇੱਥੋਂ ਹੀ ਅਸੀਂ ਆਪਣਾ ਸਫ਼ਰ ਸ਼ੁਰੂ ਕਰ ਰਹੇ ਹਾਂ। ਤੁਸੀਂ ਵੀ ਸ਼ਹਿਰ ਦੇ ਕਿਸੇ ਪਾਸੇ ਰਹਿੰਦੇ ਹੋ, ਕਿਤੇ ਵੀ ਰਹਿੰਦੇ ਹੋ ਸ਼ਹਿਰ 'ਚ, ਤਾਂ ਸਭ ਤੋਂ ਪਹਿਲਾਂ ਤੁਸੀਂ ਇੱਥੋਂ ਹੀ ਆਪਣਾ ਸਫ਼ਰ ਸ਼ੁਰੂ ਕਰੋਗੇ। ਅਤੇ ਯੂਰਪ ਦਾ ਮੇਲਾ ਦਾ ਇਹ ਪਹਿਲਾ ਸ਼ਹਿਰ ਹੈ, ਅਤੇ ਅਜੇ ਅਸੀਂ ਇੱਥੇ ਪਹੁੰਚੇ ਹਾਂ। ਇੰਨਾ ਕੁ ਜ਼ਿਆਦਾ ਕਰਾਊਡ ਦੇਖਣ ਨੂੰ ਮਿਲ ਰਿਹਾ। ਐਮਸਟਰਡਮ ਦਾ ਨਾਮ ਹੀ ਇਸੇ ਕਰਕੇ ਸ਼ਾਇਦ ਪੂਰੀ ਦੁਨੀਆ 'ਚ ਲੋਕ ਜਾਣਦੇ ਨੂੰ। ਅਤੇ ਉਹ ਦੇਖੋ ਸੜਕਾਂ ਭਰੀਆਂ ਪਈਆਂ, ਜਿੰਨੇ ਪੂਰੇ ਯੂਰਪ ਦੇ ਲੋਕ ਹੈ ਨਾ, ਉਹ ਵੀ ਬਹੁਤ ਘੁੰਮਣ ਆਉਂਦੇ ਆ ਇਹ ਸ਼ਹਿਰ ਨੂੰ। ਨਾਲੇ ਰਿਪਨ ਇੱਥੇ ਹਜੇ ਕੋਈ ਉਹ ਵੀ ਨਹੀਂ ਹੈਗੀ ਡੈਸਟੀਨੇਸ਼ਨ ਦੇਖਣ ਵਾਲੀ। ਹਾਂਜੀ, ਕੋਈ ਦੇਖਣ ਵਾਲੀ ਜਗ੍ਹਾ ਨਹੀਂ, ਜਸਟ ਨੋਰਮਲ ਹੈ। ਇਕੱਲਾ ਸੈਂਟਰ ਹੈਗਾ, ਮਤਲਬ ਸੈਂਟਰ ਇੱਥੋਂ ਸ਼ੁਰੂ ਹੋ ਜਾਂਦਾ ਹੈਗਾ, ਅਤੇ ਰੇਲਵੇ ਸਟੇਸ਼ਨ ਹੈ ਇੱਥੇ, ਜਾਂ ਮੈਟਰੋ ਦਾ ਸੈਂਟਰ ਕਹਿ ਸਕਦੇ ਹੋ ਤੁਸੀਂ। ਇੰਨੇ ਲੋਕ ਟੂਰਿਸਟ ਆ ਰਹੇ ਆ ਇਹ ਸ਼ਹਿਰ 'ਚ। ਇਹ ਸ਼ਹਿਰ 'ਚ ਨਾ ਜਦੋਂ ਸਾਈਕਲ ਲੰਘਦੇ ਆ, ਫਿਰ ਬੰਦਿਆਂ ਨੂੰ ਵੀ ਰੁਕਣਾ ਪੈ ਜਾਂਦਾ। ਅਤੇ ਇੱਥੇ ਤੁਸੀਂ ਮਤਲਬ ਹੋਰ ਕਿਸੇ ਚੀਜ਼ ਤੋਂ ਬਚੋ ਨਾ ਬਚੋ, ਕਾਰ ਤੋਂ ਬਚੋ ਨਾ ਬਚੋ, ਤੁਹਾਨੂੰ ਸਾਈਕਲ ਤੋਂ ਜ਼ਰੂਰ ਬਚਣਾ ਪਊਗਾ। ਉਹਦਾ ਕਾਰਨ ਇਹ ਹੈ, ਇੱਥੇ ਬੰਦੇ ਘੱਟ ਆ, ਸਾਈਕਲ ਜ਼ਿਆਦਾ, ਮਤਲਬ ਇੰਨੇ ਲੋਕਾਂ ਕੋਲ ਸਾਈਕਲ ਆ, ਅਤੇ ਸਾਈਕਲ ਦੀਆਂ ਲੇਨਸ ਅਲੱਗ ਤੋਂ ਬਣੀਆਂ ਹੋਈਆਂ ਹੈਗੀਆਂ। ਮੋਸਟ ਆਫ ਲੋਕ ਮਤਲਬ ਸਾਈਕਲ ਹੀ ਚਲਾਉਂਦੇ ਆ। ਹਾਲੈਂਡ ਬੜਾ ਨਿੱਕਾ ਜਿਹਾ ਦੇਸ਼ ਹੈਗਾ, ਜਿਵੇਂ ਤੁਸੀਂ ਪੰਜਾਬ ਦੇ ਜਾਂ ਹਰਿਆਣੇ ਦੇ ਬਰਾਬਰ ਮੰਨ ਸਕਦੇ ਹੋ। ਅਤੇ ਜਿਹੜੀ ਇਹਦੀ ਆਬਾਦੀ ਹੈ, ਉਹ ਲਗਭਗ 150 ਕਰੋੜ ਦੇ ਨੇੜੇ ਤੇੜੇ ਹੈ। ਪੰਜਾਬ ਨੂੰ ਤਾਂ ਫਿਰ ਵੀ ਘੱਟ ਹੈ, ਅਤੇ ਪਰ ਇਹਨਾਂ ਦੇ ਜਿਹੜੇ ਬਾਹਰਲੇ ਕੰਟਰੀ ਹੁੰਦੇ ਨੇ, ਇਹਨਾਂ ਦੀ ਜ਼ਿਆਦਾ ਵਸੋਂ ਸ਼ਹਿਰਾਂ 'ਚ ਰਹਿੰਦੀ ਹੁੰਦੀ ਹੈ, ਜਿਵੇਂ ਆਪਣੇ ਤਾਂ ਪਿੰਡਾਂ 'ਚ ਜ਼ਿਆਦਾ ਲੋਕ ਰਹਿੰਦੇ ਆ, ਹੈ ਨਾ, ਪੰਜਾਬ 'ਚ ਜਾਂ ਹਰਿਆਣੇ 'ਚ ਲਾ ਲਓ। ਅਤੇ ਇਸੇ ਕਰਕੇ ਮੈਨੂੰ ਲੱਗਦਾ ਇੱਥੇ ਇੰਨੀ ਭੀੜ ਸਾਨੂੰ ਦੇਖਣ ਨੂੰ ਮਿਲੀ ਹੈ। ਸ਼ਾਇਦ ਇਹ ਟੂਰਿਸਟ ਨਾ ਵੀ ਹੋਣ, ਜ਼ਿਆਦਾ ਲੋਕਲ ਲੋਕ ਵੀ ਹੋ ਸਕਦੇ ਆ, ਅਤੇ ਬੜੇ ਇੰਨੇ ਇੱਕ ਛੋਟੇ ਦੇਸ਼ ਦੀ ਇੰਨੀ ਆਬਾਦੀ, ਇਹ ਵੀ ਬਹੁਤ ਵੱਡੀ ਗੱਲ ਹੈ। ਅਤੇ ਬਾਕੀ ਲੈਂਗੁਏਜ ਇਹਨਾਂ ਦੀ ਡੱਚ ਆ, ਅਤੇ ਜਿਵੇਂ ਅੰਗਰੇਜ਼ਾਂ ਦੀ ਮਤਲਬ ਇੰਗਲਿਸ਼ ਆ, ਬ੍ਰਿਟਿਸ਼ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ, ਉਹਨਾਂ ਨੇ ਕਲੋਨੀਆਂ ਬਣਾਈਆਂ, ਜਾਂ ਫਰੈਂਚ ਕਲੋਨੀ ਸੀ, ਜਾਂ ਪੁਰਤਗਾਲ ਦੇ ਲੋਕਾਂ ਨੇ ਬਾਹਰ ਜਾ ਕੇ ਕਲੋਨੀਆਂ ਬਣਾਈਆਂ ਸੀ, ਹੋਰ ਦੇਸ਼ਾਂ ਨੇ ਮਤਲਬ ਕਬਜ਼ਾ ਕੀਤਾ। ਜਿਹੜੇ ਡੱਚ ਲੋਕ ਸੀ, ਇਹਨਾਂ ਨੇ ਵੀ ਆਪਣਾ ਲੋਕਾਂ ਨੂੰ ਗੁਲਾਮ ਬਣਾਇਆ ਸੀਗਾ, ਦੂਜੇ ਪਾਸੇ ਜਾ ਕੇ ਆਪਣੀਆਂ ਕਲੋਨੀਜ਼ ਬਣਾਈਆਂ ਸੀਗੀਆਂ। ਇਸ ਕਰਕੇ ਵੀ ਬਹੁਤ ਸਾਰਾ ਪਾਪੂਲਰ ਹੈ ਇਹ ਦੇਸ਼ ਹਾਲੈਂਡ, ਜਿਹਨੂੰ ਬਹੁਤ ਸਾਰੇ ਲੋਕ ਜਾਣਦੇ ਆ। ਅਤੇ
ਬਾਕੀ ਹੁਣ ਅਸੀਂ ਜਾ ਰਹੇ ਹਾਂ ਇੱਥੋਂ ਦਾ ਸਭ ਤੋਂ ਪਹਿਲਾਂ ਜਿਹੜਾ ਡੈਮ ਸਕਿਓਰ ਸੀ, ਹਾਂਜੀ ਹਾਂਜੀ, ਡੈਮ ਸਕਿਓਰ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਅਤੇ ਉੱਥੇ ਲੈ ਕੇ ਚੱਲਦੇ ਤੁਹਾਨੂੰ। ਉਸ ਤੋਂ ਬਾਅਦ ਫਿਰ ਜਿਹੜਾ ਇੱਥੇ ਦਾ ਹੋਰ ਮਸ਼ਹੂਰ ਚੀਜ਼ਾਂ ਜਿਹਦੇ 'ਚ ਆ ਜਾਂਦੀਆਂ ਗਲੀਆਂ ਇਹਦੀਆਂ, ਐਮਸਟਰਡਮ ਦੀਆਂ ਗਲੀਆਂ ਜਿਹ 'ਚ ਪਾਣੀ ਵਗਦਾ ਅਤੇ ਉਹ ਸਾਰਾ ਦਿਖਾਵਾਂਗੇ। ਜਿਹੜਾ ਕੈਫੇ ਦਾ ਕਲਚਰ ਆ ਉਹ ਮੈਨੂੰ ਲੱਗਦਾ ਇਹ ਦੇਸ਼ 'ਚ ਵੀ ਬਹੁਤ ਜ਼ਿਆਦਾ ਹੈ। ਕਿੰਨੇ ਲੋਕ ਬਾਹਰ ਬੈਠੇ ਸਾਨੂੰ ਮਿਲ ਰਹੇ ਹੈ ਅਤੇ ਥਾਂ ਥਾਂ 'ਤੇ ਆ ਰੈਸਟੋਰੈਂਟ ਕੈਫੇ ਬਣੇ ਹੋਏ ਆ, ਸ਼ਾਇਦ ਬ੍ਰੇਕਫਾਸਟ ਲੰਚ ਡਿਨਰ। ਆਪਣੇ ਜਿਵੇਂ ਨਾ ਪੰਜਾਬ 'ਚ ਆਪਾਂ ਘਰਾਂ 'ਚ ਰੋਟੀ ਬਣਾਉਂਦੇ ਹਾਂ, ਇਹ ਲੋਕ ਬਹੁਤ ਘੱਟ ਹੀ ਬਣਾਉਂਦੇ ਹੁੰਦੇ ਆ ਘਰਾਂ 'ਚ ਖਾਣੇ ਦਾ, ਇਹਨਾਂ ਦਾ ਬਾਹਰ ਹੀ ਖਾਣ ਪੀਣ ਚੱਲਦਾ ਹੈਗਾ ਸਾਰਾ। ਆ ਕੈਫੇ ਜਿਹੜੇ ਬਣੇ ਆ ਮੋਸਟ ਆਫ ਲੰਚ ਜਾਂ ਡਿਨਰ, ਹਨਾ, ਮੋਸਟ ਆਫ ਬ੍ਰੇਕਫਾਸਟ ਬਾਹਰ ਕਰਦੇ ਆ। ਇਹੋ ਜਿਹੀਆਂ ਥਾਵਾਂ ਤਾਂ ਕਰਕੇ ਇੱਥੇ ਤੁਹਾਨੂੰ ਵੱਧ ਦੇਖਣ ਨੂੰ ਮਿਲ ਜਾਣਗੀਆਂ ਯੂਰਪ ਦੇ ਦੇਸ਼ਾਂ ਦੇ ਵਿੱਚ। ਇੱਥੋਂ ਦੇ ਲੋਕਾਂ ਨੂੰ ਨਾ ਡੱਚ ਬੋਲਣ ਕਰਕੇ ਇਹਨੂੰ ਡੱਚ ਲੈਂਡ ਵੀ ਕਿਹਾ ਜਾਂਦਾ ਹੈਗਾ, ਅਤੇ ਜਿਹੜੀ ਕੁੜੀਆਂ ਦੀ ਰੇਸ਼ੋ ਇੱਥੇ ਅਤੇ ਉਹ ਬਹੁਤ ਜ਼ਿਆਦਾ ਹੈਗੀ ਬੰਦਿਆਂ ਦੇ ਮੁਕਾਬਲੇ, ਕਈ ਕੰਟਰੀ 'ਚ ਬਹੁਤ ਘੱਟ ਹੁੰਦੀ ਹੈ। ਆ ਗਈ ਇੱਕ ਤਾਂ ਹੈਲੋ ਫਨੀ, ਬਹੁਤ ਜ਼ਿਆਦਾ ਕੁੜੀਆਂ ਹੈ ਜਦੋਂ ਦੇ ਅਸੀਂ ਆਏ ਹਾਂ ਨਾ ਅਸੀਂ ਇਹੀ ਗੱਲ ਨੋਟਿਸ ਕਰ ਰਹੇ ਹਾਂ। ਸ਼ਰਾਰਤੀ ਇੰਨੀਆਂ ਕੁ ਜ਼ਿਆਦਾ ਨੇ ਨਾ ਕਿ ਸਾਨੂੰ ਛੇੜ ਛੇੜ ਲੰਘਦੀਆਂ ਨੇ, ਤੇ ਹਰ ਵਾਰ ਤਾਂ ਮਤਲਬ ਇੱਦਾਂ ਰਿਕਾਰਡ ਵੀ ਨਹੀਂ ਕੀਤਾ ਜਾ ਸਕਦਾ, ਪਰ ਬਹੁਤ ਵਧੀਆ ਨੇ ਮਤਲਬ ਸਾਨੂੰ। ਕਈ ਵਾਰੀ ਮਤਲਬ ਕੈਮਰਾ ਆਫ ਹੁੰਦਾ ਸੀ ਵੈਸੇ ਤੁਰੇ ਜਾਂਦੇ ਹਨ, ਆ ਹੁਣ ਆਨ ਸੀ ਤੁਸੀਂ। ਜਿਵੇਂ ਆਪਾਂ ਕਹਿ ਨਹੀਂ ਸਕਦੇ ਪੰਜਾਬੀ 'ਚ ਵੀ ਮਿੱਠ ਬੋਲਣਾ ਸੁਭਾਅ ਹੈ, ਬਹੁਤ ਚੰਗੇ ਆ ਇੱਥੇ। ਤੇ ਇਹ ਅਸੀਂ ਪਹੁੰਚ ਗਏ ਜੀ ਡੈਮ ਸਕਿਓਰ, ਤੁਰਦੇ ਸੈਂਟਰਲ ਸਟੇਸ਼ਨ ਦੇ ਬਿਲਕੁਲ ਸਾਹਮਣੇ ਆ ਇਹ, ਤੇ ਲੰਡਨ ਵਾਂਗੂ ਕਬੂਤਰ ਮੈਨੂੰ ਲੱਗਦਾ ਇੱਥੇ ਵੀ ਬਹੁਤ ਜ਼ਿਆਦਾ ਨੇ, ਤੇ ਦੇਖੋ ਸਾਰੇ ਕਬੂਤਰ ਹੀ ਕਬੂਤਰ। ਅਤੇ ਪਿਕਾਡਲੀ ਸਕਿਓਰ ਸੀਗਾ ਮੇਰੇ ਖਿਆਲ 'ਚ ਲੰਡਨ 'ਚ, ਇਹੋ ਜਿਹਾ ਕੁਛ ਆਲਾ ਦੁਆਲਾ ਹੈਗਾ ਇੱਥੋਂ ਦਾ, ਅਤੇ ਸਾਰੀਆਂ ਇਹ ਪੁਰਾਣੀਆਂ ਇਮਾਰਤਾਂ ਬਣੀਆਂ ਹੋਈਆਂ, ਉਹ ਵਾਹ ਕਿਆ ਬਾਤ ਹੈ। ਅਤੇ ਜ਼ਿਆਦਾ ਇੱਕ ਤਾਂ ਉਹ ਯਾਦਗਾਰ ਬਣੀ ਹੋਈ ਆ ਵਰਲਡ ਵਾਰ ਦੀ, ਕਹਿੰਦੇ ਆ ਉਹ ਮਤਲਬ ਉਦੋਂ ਦੀ ਯਾਦਗਾਰ ਹੈ। ਇੱਕ ਇੱਥੇ ਮੈਦੈਮ ਤਸ਼ਾਦ, ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਣਾ ਮੈਦੈਮ ਤਸ਼ਾਦ, ਅਤੇ ਉਹਨਾਂ ਦਾ ਇੱਥੇ ਮਿਊਜ਼ੀਅਮ ਹੈਗਾ, ਅਤੇ ਉੱਥੇ ਬਹੁਤ ਸਾਰਿਆਂ ਦੀਆਂ ਸਟੈਚੂ ਲੱਗੇ ਹੁੰਦੇ ਆ ਇੱਥੇ। ਇਹ ਅਸੀਂ ਦੇਖ ਰਹੇ ਹਾਂ ਹਾਂਜੀ, ਦਲਜੀਤ ਦੋਸਾਂਝ ਦਾ ਵੀ ਲੱਗਿਆ ਯਾਰ। ਦਲਜੀਤ ਦੋਸਾਂਝ ਦਾ ਲੰਡਨ 'ਚ ਹੈ ਮੇਰੇ ਖਿਆਲ 'ਚ। ਓਕੇ, ਸਾਰੇ ਕਿਤੇ ਸੇਮ ਨਹੀਂ ਹੈਗਾ? ਨਹੀਂ, ਸੇਮ ਨਹੀਂ, ਅਲੱਗ ਅਲੱਗ ਹੁੰਦਾ ਸਾਰੇ ਸਾਰੇ ਮੈਦਾਨ ਤੇ। ਮੈਨੂੰ ਲੱਗਦਾ ਇੰਡੀਆ ਵੀ ਆ ਗਿਆ ਹੁਣ, ਦਿੱਲੀ ਵੀ ਹੈ ਮੈਦਾਨ ਤਸ਼ਾਦ। ਹਾਂਜੀ, ਦਿੱਲੀ ਵੀ ਹੈਗਾ, ਹਾਂਜੀ ਹਾਂਜੀ। ਤੇ ਅਸੀਂ ਇਹ ਦੇਖਣਾ ਹੈਗਾ ਮੈਦਾਨ ਤਸ਼ਾਦ ਜੀ ਲੰਡਨ ਵਾਲਾ, ਦੇਖ ਲੰਡਨ 'ਚ ਦੇਖਾਂਗੇ। ਤੇ ਹੁਣ ਅਸੀਂ ਜਾ ਰਹੇ ਹਾਂ ਜੀ ਡੈਮ ਸਕਿਓਰ ਤੋਂ, ਜਿਹੜਾ ਸਭ ਤੋਂ ਮਸ਼ਹੂਰ ਏਰੀਆ ਜਿਹਦੇ ਕਰਕੇ ਐਮਸਟਰਡਮ ਜਾਣਿਆ ਜਾਂਦਾ। ਜਦੋਂ ਤੁਸੀਂ ਐਮਸਟਰਡਮ ਦੀਆਂ ਫੋਟੋਜ਼ ਪਾਉਂਦੇ ਹੋ ਉਦੋਂ ਕੀ ਨਿਕਲਦਾ ਹੈਗਾ, ਅਤੇ ਉਹ ਐਮਸਟਰਡਮ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ। A heart speed to the city streets, we begin to feel the fire. We rise like tall buildings as the chemicals they take us higher. Oh wow, hey aagiyan ji, oh sariyan thaavan jinna nu tusi PK movies kade dekhya hoga, ਪੀਕੇ ਮੂਵੀ 'ਚ ਜਦੋਂ ਅਨੁਸ਼ਕਾ ਸ਼ਰਮਾ ਹੁੰਦੇ ਆ ਨਾ, ਇਸ ਤਰ੍ਹਾਂ ਸਾਈਕਲ ਲੈ ਕੇ ਇਹਨਾਂ ਗਲੀਆਂ 'ਚ ਅਨੁਸ਼ਕਾ ਸ਼ਰਮਾ ਤੋਂ ਸਟਾਰਟਿੰਗ ਹੁੰਦੀ ਹੈ ਜਿਹੜੀ ਪੀਕੇ ਮੂਵੀ ਹੁੰਦੀ ਹੈ। ਐਮਸਟਰਡਮ 'ਚ ਵੈਨਿਸ ਹੀ ਮੰਨਿਆ ਜਾਂਦਾ ਇਹਨੂੰ ਵੀ, ਅਤੇ ਵੈਨਿਸ ਵਾਂਗੂ ਇਹ ਪਾਣੀ 'ਚ ਸਾਰਾ ਸ਼ਹਿਰ,
ਐਵੇਂ ਕੈਨਲਸ ਬਣੀਆਂ ਹੋਈਆਂ ਸਾਰੇ ਸ਼ਹਿਰ 'ਚ, ਨਦੀਆਂ ਹੈਗੀਆਂ ਪੂਰੇ ਐਮਸਟਰਡਮ 'ਚ ਨਾ 150 ਤੋਂ ਵੱਧ ਉਹ ਕਹਿੰਦੇ ਆ ਮਤਲਬ ਨਹਿਰਾਂ ਛੋਟੀਆਂ ਛੋਟੀਆਂ ਜਿਸ ਤਰ੍ਹਾਂ ਦੀ ਆ ਹੈ। ਥੋੜ੍ਹਾ ਜਿਹਾ ਤੁਸੀਂ ਤੁਰਦੇ ਜਾਓਗੇ ਤੁਹਾਨੂੰ ਕੋਈ ਨਾ ਕੋਈ ਨਦੀ ਮਿਲਦੀ ਹੈ, ਥੋੜ੍ਹਾ ਜਿਹਾ ਤੁਰਦੇ ਜਾਓਗੇ ਅਤੇ ਜਿਹੜੇ ਆ ਮਤਲਬ ਜਿੰਨੇ ਫਲਾਰਸ ਹੈ ਨਾ ਇਹਨਾਂ ਨੂੰ ਜਿਹੜੀ ਇੱਥੋਂ ਦੀ ਕੌਂਸਲ ਹੁੰਦੀ ਹੈ ਮਿਊਂਸੀਪਲ ਕਮੇਟੀ ਕਹਿ ਦਿਉ ਅਤੇ ਉਹ ਰੱਖਦੀ ਹੈ ਦੇਖੋ ਮੇਨਟੇਨ ਕਰਕੇ ਵੀ ਸੋਹਣਾ ਲੱਗੇ ਇਹ। ਇਹ ਤੁਹਾਨੂੰ ਹਰ ਬ੍ਰਿਜ 'ਤੇ ਹਰ ਕਿਤੇ ਮਿਲਣਗੇ, ਜੇ ਸਪੈਸ਼ਲ ਜਦੋਂ ਇੱਥੇ ਫੁੱਲ ਖਿੜਦੇ ਗਏ ਅਪ੍ਰੈਲ ਦੇ ਮਹੀਨੇ ਉਦੋਂ ਆਓ ਤਾਂ ਉਦੋਂ ਤਾਂ ਇਹ ਸ਼ਹਿਰ ਦੀ ਖੂਬਸੂਰਤੀ ਕੁਛ ਹੋਰ ਹੁੰਦੀ ਹੈ। ਜਿਹੜਾ ਅਪ੍ਰੈਲ ਦਾ ਮਹੀਨਾ ਉਹ ਸਭ ਤੋਂ ਬੈਸਟ ਟਾਈਮ ਹੈਗਾ ਇਹ ਦੇਸ਼ ਨੂੰ ਘੁੰਮਣ ਦਾ, ਅਤੇ ਉਹ ਮੈਨੂੰ ਐਂ ਲੱਗਦਾ ਵੀ 20-30 ਜਾਂ ਵੱਧ ਤੋਂ ਵੱਧ ਮਹੀਨਾ ਉਹ ਇੱਕ ਇਹੋ ਜਿਹਾ ਟਾਈਮ ਆਉਂਦਾ ਜਦੋਂ ਸਭ ਤੋਂ ਵੱਧ ਜਿਹੜੇ ਟੁਲਿਪ ਗਾਰਡਨਸ ਇੱਥੇ ਹੁੰਦੇ ਆ, ਪੂਰੀ ਦੁਨੀਆ ਭਰ ਦੇ ਲੋਕ ਸਾਰੇ ਸਾਲ ਨਾਲੋਂ ਵੱਧ ਟੂਰਿਸਟ ਮਤਲਬ ਨੀਦਰਲੈਂਡ 'ਚ ਉਹਨਾਂ ਦਿਨਾਂ 'ਚ ਆਉਂਦੇ ਆ, ਅਤੇ ਇਹੋ ਜਿਹੇ ਫੁੱਲ ਹੁੰਦੇ ਆ ਜਿਹੜੇ ਉਹਨਾਂ ਦਿਨਾਂ 'ਚ ਖਿੜਦੇ ਆ, ਅਤੇ ਲੋਕ ਸੋਵੀਨੀਅਰ ਵੀ ਇਹਨਾਂ ਫੁੱਲਾਂ ਨੂੰ ਲੈ ਕੇ ਜਾਂਦੇ ਆ, ਮਤਲਬ ਨੀਦਰਲੈਂਡ ਦੀ ਪਛਾਣ ਨੇਗੇ ਇਹ। ਅਤੇ ਦੂਸਰਾ ਮਤਲਬ ਵਿੰਡ ਮਿਲਸ, ਜਿਹੜੀਆਂ ਵਿੰਡ ਮਿਲਸ ਨੇਗੀਆਂ ਇਹ ਨੀਦਰਲੈਂਡ ਦੇ ਪਿੰਡਾਂ 'ਚ ਦੇਖਣ ਨੂੰ ਅੱਜ ਵੀ ਮਿਲਦੀਆਂ, ਪਤਾ ਨਹੀਂ ਕਿੰਨੇ ਸੌ ਸਾਲ ਪੁਰਾਣੀਆਂ, ਅਤੇ ਲੋਕ ਅੱਜ ਵੀ ਇਹ ਚੱਲਦੀਆਂ। ਇਹ ਜਦੋਂ ਆਪਾਂ ਪਿੰਡ ਐਕਸਪਲੋਰ ਕਰਾਂਗੇ ਉਦੋਂ ਤੁਹਾਨੂੰ ਇਹ ਸਾਰਾ ਦਿਖਾਵਾਂਗੇ। ਅਤੇ ਦੇਖੋ ਸੋਵੀਨੀਅਰ ਖਰੀਦ ਰਹੇ ਆ ਲੋਕ, ਅਤੇ ਤੁਹਾਨੂੰ ਇੱਕ ਥੋੜ੍ਹੀ ਚੀਜ਼ ਹੋਰ ਦਿਖਾ ਦਾ, ਅਤੇ ਜਿਹੜਾ ਐਮਸਟਰਡਮ ਜਾਂ ਨੀਦਰਲੈਂਡ ਪੂਰਾ ਸੋਹਣਾ ਲੱਗਦਾ ਨਾ ਇਹੋ ਜਿਹਾ ਹੁੰਦਾ ਹੈਗਾ ਅਪ੍ਰੈਲ ਦੇ ਵਿੱਚ, ਕਮਾਲ ਦਾ ਹੁੰਦਾ ਦੇਖਣ ਵਾਲਾ ਹੁੰਦਾ। ਆਹ ਦੇਖੋ ਹਾਲੈਂਡ ਲਿਖਿਆ ਨਾ ਇਹੋ ਜਿਹਾ ਹੁੰਦਾ ਹੈਗਾ, ਸਾਰਾ ਹਾਲੈਂਡ ਪੂਰੇ ਦਾ ਪੂਰਾ ਫੁੱਲਾਂ ਦੀ ਸਭ ਤੋਂ ਵੱਧ ਖੇਤੀ ਹੁੰਦੀ ਹੈ ਸਾਰੇ ਉਹੀ ਟੂਲਿਪਸ। ਹਾਂਜੀ ਇਹ ਪਹਿਲੇ ਦਿਨ ਹੀ ਅਸੀਂ ਆ ਸੋਵੀਨੀਅਰ ਜ਼ਰੂਰ ਲੈ ਲੈਂਦੇ, ਇੱਕ ਐਮਸਟਰਡਮ ਦਾ ਲੈ ਲਿਆ ਅਤੇ ਇੱਕ ਸਾਈਕਲ ਰੀਪ੍ਰਜੈਂਟ ਕਰਦਾ ਹਾਲੈਂਡ ਨੂੰ ਅਤੇ ਇੱਕ ਇਹ ਲੈ ਲਿਆ। ਦੇਨ ਸਾਡੇ ਕੋਲ ਵੈਸੇ ਵੀ ਘੱਟ ਹੀ ਹੈ। ਆਹ ਦੇਖੋ ਰਿਪਨ ਆ ਇੱਥੇ ਬਹੁਤ ਫੇਮਸ ਆ। ਹਾਂਜੀ ਬੂਟ ਆ ਬਹੁਤ ਫੇਮਸ ਆ ਇੱਥੇ। ਹਾਂਜੀ ਇਹ ਵੀ ਰੀਪ੍ਰਜੈਂਟ ਕਰਦਾ, ਇਹ ਵੀ ਨੀਦਰਲੈਂਡ ਨੂੰ ਰੀਪ੍ਰਜੈਂਟ ਕਰਦਾ। ਇਹ ਦੁਕਾਨਾਂ ਅੱਗੇ ਵੀ ਲੱਗੇ ਹੁੰਦੇ ਨੇ, ਪਿੰਡਾਂ 'ਚ ਵਾਧੂ ਆ ਕੋਈ, ਜਦੋਂ ਪਿੰਡਾਂ ਜਾਵਾਂਗੇ ਉਦੋਂ ਮਿਲਣਗੇ। ਲਿਖਿਆ ਵੀ ਹੋਇਆ ਹਾਲੈਂਡ। ਜਿਹੜੀ ਜਗ੍ਹਾ 'ਤੇ ਅਸੀਂ ਹੁਣ ਜਾ ਰਹੇ ਹਾਂ ਨਾ, ਅਤੇ ਇਸ ਜਗ੍ਹਾ ਦਾ ਨਾਮ ਹੈਗਾ ਜਾਰਡਨ, ਅਤੇ ਪੂਰੇ ਐਮਸਟਰਡਮ 'ਚ ਇੱਕ ਏਰੀਆ ਜਿੱਥੇ ਸਭ ਤੋਂ ਵੱਧ ਤੁਹਾਨੂੰ ਨਦੀਆਂ ਮਤਲਬ ਨਹਿਰਾਂ ਅਤੇ ਸਭ ਤੋਂ ਵੱਧ ਬੋਟਸ ਇਹ ਮਿਲਣਗੀਆਂ, ਅਤੇ ਉਹਦੇ 'ਚ ਹੈਰਨ ਗਰਾਤ ਕਰਕੇ ਇੱਕ ਮਤਲਬ ਜਾਰਡਨ ਦੇ ਵਿੱਚ ਹੀ ਹੈਰਨ ਗਰਾਤ ਪੈਂਦਾ, ਜਿੱਥੇ ਐਮਸਟਰਡਮ ਦੇ ਸਭ ਤੋਂ ਅਮੀਰ ਲੋਕ ਪੁਰਾਣੇ ਟਾਈਮਾਂ ਦੇ ਰਹਿੰਦੇ ਸੀ, ਅਤੇ ਉਹਨਾਂ ਦੇ ਘਰ ਨੇ ਬਹੁਤ ਸੋਹਣੇ ਸੋਹਣੇ, ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ। ਇਹ ਏਰੀਆ ਸਾਰਾ ਜਿੱਥੇ ਅਸੀਂ ਪਹੁੰਚਣਾ ਸੀਗਾ, ਅਤੇ ਇਸ ਤਰ੍ਹਾਂ ਦਾ ਜਿਹੜਾ ਆਰਕੀਟੈਕਚਰ ਹੈਗਾ ਪੂਰੇ ਨੀਦਰਲੈਂਡ ਦਾ ਜਿਹਦਾ ਮਸ਼ਹੂਰ ਹੈ। ਟ੍ਰੈਡੀਸ਼ਨਲ ਘਰ ਨੇ ਹਨਾ। ਹਾਂਜੀ ਵੈਸੇ ਤਾਂ ਨਵੀਆਂ ਇਮਾਰਤਾਂ ਹੁਣ ਹੋਰ ਵੀ ਪਈ ਜਾਂਦੀਆਂ, ਪਰ ਜਿਹੜੇ ਸਭ ਤੋਂ ਪੁਰਾਣਾ ਏਰੀਆ ਇਹ ਆ, ਗਲੀਆਂ ਕੁਛ ਇਹੋ ਜਿਹੀਆਂ, ਚਾਰੇ ਪਾਸੇ ਇੱਕੋ ਜਿਹੇ ਪਾਏ ਹੋਏ ਆ ਕਿਧਰਲੇ ਪਾਸੇ ਦੇਖ ਕੇ ਜੀ, ਦੋਵੇਂ ਪਾਸੇ ਮਤਲਬ ਨਹਿਰ ਦੇ ਨਾ ਉਧਰਲੇ ਪਾਸੇ ਵੀ ਤੁਹਾਨੂੰ ਇਹੋ ਜਿਹਾ ਸੇਮ ਘਰ ਮਿਲਣਗੇ। ਦੇਖੋ ਇੱਧਰਲੇ ਪਾਸੇ ਵੀ ਸੇਮ ਅਤੇ ਇੱਧਰਲੇ ਪਾਸੇ ਵੀ ਸੇਮ, ਹਰੇਕ ਦੇਸ਼ ਦਾ ਘਰਾਂ ਦਾ ਡਿਫਰੈਂਸ ਹੁੰਦਾ। ਇੰਗਲੈਂਡ 'ਚ ਜਿਵੇਂ ਹੋਰ ਤਰ੍ਹਾਂ ਦੇ ਘਰ ਪੈਂਦੇ ਆ, ਆਇਰਲੈਂਡ 'ਚ ਹੋਰ ਦੇਖੇ ਸੀ, ਅਤੇ ਨੀਦਰਲੈਂਡ ਦੀ ਪਛਾਣ ਇਹ ਆ। ਬਹੁਤ ਸੋਹਣੇ, ਸ਼ਾਇਦ ਪਿੰਡਾਂ ਵਾਲੇ ਪਾਸੇ ਵੀ ਕੁਛ ਇਹੋ ਜਿਹਾ ਆਲਾ ਦੁਆਲਾ ਹੋਵੇ, ਚਾਰੇ ਪਾਸੇ ਇੱਕੋ ਜਿਹੇ ਆ। ਇੱਧਰ ਦੇਖੋ ਉੱਪਰ ਕਿੱਡੇ ਸੋਹਣੇ ਬਣਾਏ ਹੋਏ ਹਨ, ਆਪਾਂ ਸਾਈਕਲ ਵਾਲੀ ਲੇਨ 'ਚ ਫਿਰਦੇ ਆ। ਉਹ ਦੇਖੋ ਉੱਪਰ, ਹਾਂਜੀ ਗੋਲ ਗੋਲ ਜੇ 1733 ਦਾ ਬਣਿਆ, 1733 ਦਾ ਤੁਹਾਨੂੰ ਦਿਖਾਵਾਂ ਥੋੜਾ ਜਿਹਾ ਨੇੜੇ। ਇਹ ਦੇਖੋ ਕਿੰਨਾ ਪੁਰਾਣਾ ਘਰ ਹੈ, 1733 ਦਾ।
ਜਮਾ ਨਹੀਂ ਲੱਗਦਾ ਯਾਰ 2033 ਦੇਖ ਲਓ 300 ਸਾਲ ਹੋਣਾ, ਕਿੰਨਾ ਸੋਹਣਾ। ਚਲੋ ਹੁਣ ਆ ਜੀ ਗਲੀਆਂ ਐਕਸਪਲੋਰ ਕਰਦੇ ਹਾਂ ਅਸੀਂ ਇਹ ਸ਼ਹਿਰ ਨੂੰ ਘੁੰਮਣ ਦੇ ਲਈ। ਅਤੇ ਤਿੰਨ ਤਰੀਕੇ ਸਭ ਤੋਂ ਬੈਸਟ ਆ, ਅਤੇ ਇੱਕ ਤਾਂ ਇੱਥੇ ਸਾਈਕਲ ਹੈ ਜਿਹੜਾ ਉਹ ਰੈਂਟ 'ਤੇ ਮਿਲ ਜਾਂਦਾ, ਤੁਸੀਂ ਇਹਨੂੰ ਰੈਂਟ ਕਰ ਸਕਦੇ ਹੋ, ਚਲਾ ਸਕਦੇ ਹੋ, ਪਰ ਸਾਨੂੰ ਥੋੜ੍ਹੀ ਜਿਹੀ ਹੈਡਿਕ ਜੀ ਲੱਗਦੀ ਹੈ। ਅਤੇ ਦੂਜਾ ਇਹ ਹੈ ਵੀ ਪਰਸਨਲੀ ਜ਼ਿਆਦਾ ਪੈਦਲ ਹੀ ਅਸੀਂ ਪਸੰਦ ਕਰਦੇ ਹਾਂ ਵੀ ਤੁਰ ਫਿਰ ਕੇ ਦੇਖਿਆ ਜਾਵੇ, ਹੈ ਨਾ। ਅਤੇ ਜਾਂ ਫਿਰ ਬੋਟ ਰਾਹੀਂ ਤੁਸੀਂ ਇਹਨੂੰ ਘੁੰਮ ਸਕਦੇ ਹੋ। ਬੋਟ ਰਾਹੀਂ ਇਹ ਹੈ ਅਤੇ ਜਿੱਥੇ ਤੁਹਾਡਾ ਜੀ ਕਰਦਾ ਉੱਤਰ ਜੋ ਪੂਰੀ ਬੋਟ ਹਾਇਰ ਹੋ ਜਾਂਦੀ ਹੈ, ਕਿਉਂਕਿ ਸਾਰਾ ਜਿਵੇਂ ਤੁਹਾਨੂੰ ਦੱਸਿਆ ਪਾਣੀ 'ਚ ਹੈ ਸ਼ਹਿਰ, ਅਤੇ ਜਿਹੜੀ ਗਲੀ 'ਚ ਮਰਜ਼ੀ ਉੱਤਰ ਜਾਓ। ਪਰ ਸਭ ਤੋਂ ਸਾਨੂੰ ਬੈਸਟ ਤਰੀਕਾ ਜੋ ਲੱਗਦਾ ਪੈਦਲ ਦੇਖੋ, ਛੋਟਾ ਜੀ ਹੈ, ਕੋਈ ਬਾਹਲਾ ਲੰਬਾ ਚੌੜਾ ਏਰੀਆ ਨਹੀਂ ਹੈਗਾ। ਪੈਦਲ ਜਾਂ ਸਾਈਕਲ ਦੋਨੇ ਚੀਜ਼ਾਂ ਬੈਸਟ ਹੈ। ਜਿਹੜੀਆਂ ਨਰਲੇ ਪਾਸੇ ਵਾਲੀਆਂ ਗਲੀਆਂ ਨਾ ਸ਼ਹਿਰ ਦੀਆਂ, ਇੱਥੇ ਸ਼ਾਂਤੀ ਬਹੁਤ ਆ। ਜਿੱਥੇ ਪਹਿਲਾਂ ਸੀ ਉੱਥੇ ਤਾਂ ਕਾਰਾਂ ਵੀ ਚੱਲਦੀਆਂ, ਮੈਨੂੰ ਲੱਗਦਾ ਸਿਰਫ ਵਾਕਿੰਗ ਲਈ ਹੈਗੀਆਂ। ਤੁਰ ਫਿਰ ਕੇ ਵੱਧ ਤੋਂ ਵੱਧ ਸਾਈਕਲ ਅਲਾਊਡ ਆ, ਇਕੱਲਾ ਹੋਰ ਕੁਛ ਵੀ ਨਹੀਂ ਆ ਸਕਦਾ। ਹੁਣ ਅਸੀਂ ਇੱਥੇ ਲੱਭਣਾ ਇੱਕ ਘਰ ਐਨ ਏ ਫਰੈਂਕ ਨਾਮ ਦੀ ਕੁੜੀ ਦਾ, ਜੂਇਸ ਕੁੜੀ ਸੀ, ਮਤਲਬ ਯਹੂਦੀ ਕੁੜੀ ਸੀਗੀ ਉਹ। ਅਤੇ ਉਹਦੇ ਵਰਲਡ ਵਾਰ 2 ਵੇਲੇ ਦਾ ਉਹਦਾ ਘਰ ਹੈ ਇੱਥੇ, ਅਤੇ ਉਹਨੇ ਆਪਣੀ ਡਾਇਰੀ ਲਿਖੀ ਸੀ ਉਸ ਟਾਈਮ ਵੀ ਕੀ ਹਾਲਾਤ ਸੀਗੇ। ਜਰਮਨ, ਨੀਦਰਲੈਂਡ, ਇੱਧਰ ਸਾਰੇ ਦੂਜੀ ਸੰਸਾਰ ਜੰਗ ਚੱਲੀ ਹੈ ਜਦੋਂ, ਬਹੁਤ ਕਤਲੇਆਮ ਹੋਇਆ ਹੈਗਾ। ਫਾਈਨਲੀ ਲੱਭਦੇ ਲਵਾਉਂਦੇ ਅਸੀਂ ਪਹੁੰਚ ਗਏ ਮੈਨੂੰ ਲੱਗਦਾ ਘਰ ਦੇ ਸਾਹਮਣੇ। ਗੂਗਲ ਮੈਪ ਨੇ ਤਾਂ ਇੱਥੇ ਹੀ ਫਿਨਿਸ਼ ਕੀਤਾ। ਖੁਸ਼ੀ ਇਹੀ ਆ? ਹਾਂਜੀ ਆਹੀ ਆ। ਅੱਛਾ, ਇਹ ਬੰਦਾ ਐਨ ਏ ਫਰੈਂਕ ਯੂਜ਼ਾ ਦੇ ਕੋਲ 263 ਇਹੀ ਆ, ਕਿਉਂਕਿ ਸਾਰੇ ਜਣੇ ਇੱਥੇ ਫੋਟੋ ਖਿੱਚ ਕੇ ਗਏ। ਹਾਂ ਲਿਖਿਆ ਵੀ ਹੋਇਆ ਨਾ ਐਨ ਏ ਫਰੈਂਕ ਹੁਈਸ ਹੁਈਸ, ਡੱਚ ਚ ਇਹਨੂੰ ਹੁਈਸ ਲਿਖਦੇ ਹੋਣਗੇ, ਹਾਊਸ ਨੂੰ, ਹਾਊਸ ਨੂੰ 263 ਨੰਬਰ। ਇਹ ਸਾਡੇ ਇੱਧਰਲੇ ਪਿਛਲੇ ਪਾਸੇ ਐਨਾ ਫਰੈਂਕ ਦਾ ਘਰ ਹੈ ਸਾਰਾ, ਜਿਹਨੂੰ ਕਾਫੀ ਸਾਰੇ ਲੋਕ ਦੇਖਣ ਦੇ ਲਈ ਆਏ ਹੋਏ ਆ। ਅਤੇ ਜਿਹੜੀ ਐਨਾ ਫਰੈਂਕ ਸੀ ਉਹਦੇ ਬਾਰੇ ਤੁਹਾਨੂੰ ਦੱਸਦਾ, 15 ਸਾਲ ਦੀ ਕੁੜੀ ਸੀ, 15 ਸਾਲ 'ਚ ਸ਼ਾਇਦ ਮਰ ਗਈ ਸੀਗੀ ਉਹ। 1930 'ਚ ਉਹਦਾ ਜਨਮ ਹੋਇਆ, 1929 'ਚ, ਅਤੇ 1945 ਤੱਕ ਮਤਲਬ ਉਹ ਜਿਉਂਦੀ ਰਹੀ। ਅਤੇ 39 'ਚ ਵਰਲਡ ਵਾਰ ਸ਼ੁਰੂ ਹੋ ਗਈ ਸੀਗੀ, ਜਿਹੜੀ ਦੂਜੀ ਵਰਲਡ ਵਾਰ ਸੀ, ਅਤੇ 44 ਤੱਕ ਮੇਰੇ ਖਿਆਲ 'ਚ ਚੱਲੀ ਸੀਗੀ, ਜਿਹਦੇ 'ਚ ਜਿਹੜਾ ਹਿਟਲਰ ਹੈ ਉਹਨੇ ਬਹੁਤ ਸਾਰੀਆਂ ਮਤਲਬ ਯਹੂਦੀ ਲੋਕਾਂ ਨੂੰ ਮਾਰਿਆ ਸੀਗਾ। ਅਤੇ ਹੁਣ ਇਹ ਵੀ ਉਹਨਾਂ 'ਚ ਮਰਨ ਵਾਲੀ ਇੱਕ ਸੀ ਕਿ ਕਿਵੇਂ ਉਹਨਾਂ ਦੇ ਤਸ਼ੱਦਦ ਹੋਇਆ। ਅਤੇ ਜਦੋਂ ਅਸੀਂ ਜਰਮਨ ਜਾਵਾਂਗੇ ਨਾ, ਜਰਮਨ ਅਤੇ ਆਸਟਰੀਆ, ਅਤੇ ਉੱਥੇ ਕਹਿੰਦੇ ਵੱਡੇ ਵੱਡੇ ਬੰਕਰ ਅੱਜ ਵੀ ਮੌਜੂਦ ਆ, ਅਤੇ ਜਿਨ੍ਹਾਂ 'ਚ ਲੋਕਾਂ ਨੂੰ ਮਾਰਿਆ ਜਾਂਦਾ ਸੀਗਾ। ਅਤੇ ਇਕੱਠਿਆਂ ਦਾ ਮਤਲਬ ਹਜ਼ਾਰਾਂ ਹਜ਼ਾਰਾਂ ਲੋਕ ਇਕੱਠੇ, ਜਾਂ ਤਾਂ ਕਰੰਟ ਲਾ ਕੇ ਜਾਂ ਫਿਰ ਅੰਦਰ ਗੈਸ ਬੰਕਰਾਂ 'ਚ ਛੱਡ ਕੇ ਸਾਰੇ ਇਕੱਠੇ ਲੋਕ ਮਾਰਦੇ, ਅਤੇ ਐਵੇਂ ਦਾ ਤਸ਼ੱਦਦ ਉਹਨਾਂ 'ਤੇ ਹੋਇਆ ਸੀ ਉਸ ਟਾਈਮ। ਇਹ ਉਹਨਾਂ 'ਚੋਂ ਜਿਉਂਦੀ ਜਾਗਦੀ ਮਿਸਾਲ ਸੀਗੀ ਜਿਹਨੇ ਆਪਣੀਆਂ ਲਿਖਤਾਂ ਰਾਹੀਂ ਉਹਨਾਂ ਟਾਈਮਾਂ 'ਚ ਲੋਕਾਂ ਨੂੰ ਦੱਸਿਆ, ਜਾਂ ਹੁਣ ਤੱਕ ਮਤਲਬ ਸਬੂਤ ਮਿਲਦੇ ਆ ਵੀ ਕਿਵੇਂ ਉਹਨਾਂ ਲੋਕਾਂ ਨੂੰ ਮਾਰਿਆ ਗਿਆ। ਅਤੇ ਹੁਣ ਅਸੀਂ ਜਾਣਾ ਦੁਬਾਰਾ ਸਿਟੀ 'ਚ ਹੀ, ਸਿਟੀ 'ਚ ਗੇੜੇ ਦੇਣੇ ਆ। ਅਤੇ ਜਿਹੜੀਆਂ ਨਹਿਰਾਂ ਨਾ, ਤੁਹਾਨੂੰ ਨਹਿਰਾਂ ਬਾਰੇ ਦੱਸਦਾ, ਅਤੇ ਇਹ ਕਾਫੀ ਡੂੰਘੀ ਹੈ, ਇਹਨੂੰ ਐਂ ਨਾ ਸਮਝਿਓ ਵੀ ਵੈਸੇ ਹੀ ਪਾਣੀ ਛੱਡਿਆ ਹੋਇਆ। ਮੇਰੇ ਖਿਆਲ 'ਚ 3-3 ਮੀਟਰ ਕਹਿੰਦੇ ਆ, 3 ਮੀਟਰ ਦਾ 10-12 ਫੁੱਟ ਤਾਂ ਪਾਣੀ ਜਾਂਦਾ ਹੈਗਾ, ਅਤੇ ਇੰਨੀਆਂ ਇੰਨੀਆਂ ਡੂੰਘੀਆਂ ਹੈਗੀਆਂ। ਅਤੇ ਇਹਨਾਂ 'ਚ ਸਾਰੇ ਕਿਤੇ ਆ ਚੱਲਦੇ ਆ, ਕਰੂਜ਼ ਚੱਲਦੇ ਆ, ਅਤੇ ਬੋਟ ਰਾਈਡ ਤੁਸੀਂ ਕਰ ਸਕਦੇ। ਅਤੇ ਆਹ ਤਾਂ ਬਸ ਪੁੱਛੋ ਹੀ ਨਹੀਂ, ਇਹ ਮੈਨੂੰ ਐਂ ਲੱਗਦਾ ਖੁਸ਼ੀ ਪਛਾਣ ਲੈਂਦੇ ਹੋਣਗੇ ਲੋਕ ਸ਼ਾਮ ਨੂੰ ਇਹਨਾਂ ਨੂੰ ਵੀ ਸਾਡੇ ਆ। ਆਹ ਕਿੰਨੇ ਦਾ ਆਹ ਜੰਗਾਲ ਵੀ ਲੱਗੀ ਪਈ ਆ, ਹੈ ਨਾ। ਆਹ ਦੇਖਿਓ, ਪਤਾ ਨਹੀਂ ਕਦੋਂ ਕਦੋਂ ਖੜਾ ਹੋਊ, ਇੱਕ ਮੀਂਹ ਇੱਥੇ ਇੰਨੇ ਪੈਂਦੇ ਆ, ਅਤੇ ਦੇਖੋ ਕਿਵੇਂ ਜਰ ਲੱਗੀ ਹੋਈ ਹੈ। ਆਹ ਦੇਖਿਓ ਡੈਕੋਰੇਟ ਕੀਤਾ ਹੋਇਆ, ਆਹ ਬੋਟ ਟੂਰ ਇਸ ਤਰ੍ਹਾਂ ਤੁਸੀਂ ਲੈ ਸਕਦੇ ਹੋ, ਸਾਰਾ ਗਰੁੱਪ 'ਚ ਦਿੰਦੇ ਆ ਇਹ ਕੰਪਨੀ ਨਾਲ ਕਿਸ ਨਾਲ ਕਰਕੇ ਟਾਈ ਅਪ।
ਆ ਰੋਡ ਤੇ ਨਹੀਂ ਚੱਲਣਾ ਖੁਸ਼ੀ। ਇਹ ਜਿਹੜੀ ਰੈੱਡ ਲੇਨ ਉਹ ਹਮੇਸ਼ਾ ਸਾਈਕਲ ਲੇਨ ਆ। ਇੱਥੇ ਨਾ ਜਿਹੜੀਆਂ ਸਾਈਕਲ ਦੀਆਂ ਲੇਨਸ ਬਣੀਆਂ ਹੋਈਆਂ ਉਹ ਆਹ ਬਣੀਆਂ ਹੋਈਆਂ, ਇਹਦੇ 'ਤੇ ਤੁਰਨਾ ਮਨਾ ਹੁੰਦਾ ਹੈਗਾ। ਜਿਹੜੀਆਂ ਆਹ ਦੇਖੋ ਜਿਵੇਂ ਤਾਂ ਸਾਈਕਲ ਜਾਂਦੇ ਨੇ, ਇੱਥੇ ਜੇ ਕਿਸੇ ਨੇ ਤੁਹਾਡੇ ਲਿਆ ਕੇ ਵਿੱਚ ਮਾਰਿਆ ਤਾਂ ਜਵਾਬਦੇਹ ਨਹੀਂ ਹੈਗਾ ਅਗਲਾ, ਤੁਹਾਨੂੰ ਅਗਲਾ ਸਹੀ ਹੈ ਤੁਹਾਡਾ ਕਸੂਰ ਮੰਨਿਆ ਜਾਊਗਾ। ਇਹ ਸਪੈਸ਼ਲ ਵੈਸੇ ਤਾਂ ਆਪਣੇ ਚੰਡੀਗੜ੍ਹ ਵਗੈਰਾ ਵੀ ਹੁਣ ਬਣੀਆਂ ਹੋਈਆਂ ਇਹ, ਅਤੇ ਪਰ ਇਹ ਗੱਲ ਦਾ ਤੁਸੀਂ ਧਿਆਨ ਰੱਖਿਓ ਖਾਸ। ਇੱਥੇ ਯੂਜ਼ ਕਰਦੇ ਆਪਣੇ ਯੂਜ਼ ਘੱਟ ਕਰਦੇ ਆਪਣੇ ਚਲਾਉਂਦੇ ਘੱਟ ਹੈ। ਹਾਂਜੀ, ਇੱਥੇ ਬਹੁਤ ਲੋਕ ਸਾਈਕਲ ਯੂਜ਼ ਕਰਦੇ ਆ ਨੀਦਰਲੈਂਡ 'ਚ। ਜਿਹੜਾ ਇਹ ਸ਼ਹਿਰ ਹੈ ਨਾ, ਇਹਨੂੰ ਨੌਰਥ ਦਾ ਵੈਨਿਸ ਵੀ ਕਿਹਾ ਜਾਂਦਾ। ਉਹ ਤਾਂ ਕਰਕੇ ਕਿਹਾ ਜਾਂਦਾ ਕਿਉਂਕਿ ਜਿਹੜਾ ਨੀਦਰਲੈਂਡ ਦੇਸ਼ ਆ ਉਹ ਯੂਰਪ ਦੇ ਉੱਪਰਾਲੇ ਪਾਸੇ ਉੱਤਰੀ ਹਿੱਸੇ 'ਚ ਹੈਗਾ, ਅਤੇ ਵੈਨਿਸ ਆਪਣੇ ਆਪ 'ਚ ਇੱਕ ਬਹੁਤ ਜ਼ਿਆਦਾ ਮਸ਼ਹੂਰ ਸ਼ਹਿਰ ਹੈਗਾ। ਇਟਲੀ ਦੇ ਵਿੱਚ ਤੁਹਾਨੂੰ ਦਿਖਾਈ ਸੀਗਾ ਪੂਰਾ ਪਾਣੀ 'ਚ ਹੈ ਨਾ। ਮੈਨੂੰ ਲੱਗਦਾ ਯੂਰਪ ਦੇ ਦੋ ਹੀ ਸ਼ਹਿਰ ਹੈ ਜਿਹੜੇ ਪਾਣੀ 'ਚ, ਜਾਂ ਤਾਂ ਵੈਨਿਸ ਸੀਗਾ ਜਾਂ ਫਿਰ ਮਤਲਬ ਇਹ ਹੈਗਾ ਐਮਸਟਰਡਮ, ਅਤੇ ਇਹਨੂੰ ਮਿੰਨੀ ਵੈਨਿਸ ਕਹਿੰਦੇ ਹੈਗੇ। ਵੈਸੇ ਸਾਨੂੰ ਦੋਵੇਂ ਸਿਟੀਜ਼ ਦੀ ਵਾਈਬ ਹੈ ਜਿਹੜੀ ਉਹ ਅਲੱਗ ਅਲੱਗ ਲੱਗੀ ਹੈ ਨਾ। ਸਾਨੂੰ ਲੱਗਦਾ ਵੀ ਦੋਵੇਂ ਸ਼ਹਿਰ ਆਪਣੇ ਆਪ 'ਚ ਖੂਬਸੂਰਤ ਹੈ ਦੋਵਾਂ ਨੂੰ। ਬਸ ਸਿਮਿਲੈਰਿਟੀ ਇਹੀ ਆ ਕਿ ਦੋਨੇ ਪਾਣੀ 'ਚ ਆ, ਬਟ ਖੂਬਸੂਰਤੀ ਦੋਨਾਂ ਦੀ ਅਲੱਗ ਅਲੱਗ ਆ ਹੈ ਨਾ, ਘਰਾਂ ਦੇ ਸਟਰਕਚਰ ਤੋਂ ਲੈ ਕੇ ਹੋਰ ਗਲੀਆਂ ਦੀ ਸਜਾਵਟ ਨੂੰ ਲੈ ਕੇ। ਅਤੇ ਲੋਕ ਨਾ ਪਤਾ ਨਹੀਂ ਕਿਉਂ ਕਹਿੰਦੇ ਇਹ ਗੱਲ ਵੀ ਜੇ ਤੁਸੀਂ ਵੈਨਿਸ ਨਹੀਂ ਗਏ ਤਾਂ ਤੁਸੀਂ ਮਿੰਨੀ ਵੈਨਿਸ ਮਤਲਬ ਹਾਂ ਦੋਵਾਂ 'ਚ ਤੁਸੀਂ ਆਹ ਦੇਖ ਸਕਦੇ ਹੋ, ਪਰ ਆਪਾਂ ਕਹਿੰਦੇ ਸੀ ਦੋਨੇ ਦੇਖਣੇ ਚਾਹੀਦੇ। ਸਾਡੀ ਰਿਕਮੈਂਡੇਸ਼ਨ ਆ ਦੋਵੇਂ ਦੇਖੋ, ਦੋਵੇਂ ਬਹੁਤ ਸੋਹਣੇ ਆ। ਇਹ ਸ਼ਹਿਰ 'ਚ ਨਾ 165 ਨਦੀਆਂ ਨੇ, ਜਿਵੇਂ ਆਹ ਤੁਸੀਂ ਨਦੀ ਇੱਕ ਲੰਘਦੀ ਦੇਖ ਰਹੇ ਹੋ, ਤਾਂ ਹੀ ਉਹ ਕਹਿੰਦਾ ਸੀ ਮੈਂ 30-30 ਮੀਟਰ ਬਾਅਦ ਨਦੀ ਆ ਜਾਂਦੀ ਹੈ। ਅਤੇ 1280 ਬ੍ਰਿਜ, ਗੂਗਲ 'ਤੇ ਸਰਚ ਕੀਤਾ ਸਾਰਾ ਕੁਛ, 1280 ਪੁਲ ਇਕੱਲੇ ਐਮਸਟਰਡਮ ਸ਼ਹਿਰ ਦੇ ਵਿੱਚ। ਅਤੇ ਪਰ ਵੈਨਿਸ 'ਚ ਨਦੀਆਂ ਇਦੋਂ ਵੀ ਜ਼ਿਆਦਾ, ਵੈਨਿਸ ਨਾਲੋਂ ਨਹਿਰਾਂ ਇੱਥੇ ਘੱਟ ਆ, ਅਤੇ ਪਰ ਪੁਲ ਬਹੁਤ ਜ਼ਿਆਦਾ। ਵੈਨਿਸ 'ਚ ਮੈਨੂੰ ਲੱਗਦਾ 450-450 ਬ੍ਰਿਜ ਸੀਗਾ ਸਾਰਾ। ਹਰ 50 ਮੀਟਰ ਬਾਅਦ ਤੁਹਾਨੂੰ ਇੱਥੇ ਬ੍ਰਿਜ ਮਿਲੂਗਾ, ਅਤੇ ਬ੍ਰਿਜ 'ਤੇ ਸਾਈਕਲ ਖੜ੍ਹਾ ਮਿਲੂਗਾ। ਜਿਵੇਂ ਆਹ ਫਿਰ ਬ੍ਰਿਜ ਆ ਗਿਆ ਨਾ, ਆਹ ਦੇਖੋ, ਅਤੇ ਇੰਨੇ ਸਾਈਕਲ ਆ ਯਾਰ, ਪਹਿਲੀ ਵਾਰ ਕਿਸੇ ਦੇਸ਼ 'ਚ ਇੰਨੇ ਸਾਈਕਲ ਦੇਖ ਰਹੇ, ਅਤੇ ਆਹ ਫੁੱਲ ਮਿਲਣਗੇ। ਸਾਈਕਲ ਇੰਨੇ ਹੋਣ ਦੇ ਬਾਵਜੂਦ ਵੀ ਸਾਰੇ ਸਾਈਕਲਸ ਨੂੰ ਲੋਕ ਲਾਇਆ ਹੋਇਆ ਇਹਨਾਂ ਨੇ ਵੀ ਕਿਤੇ ਚੋਰੀ ਨਾ ਹੋਵੇ। ਮੈਨੂੰ ਲੱਗਦਾ ਚੋਰੀ ਵੀ ਹੁੰਦਾ ਹੋਊਗਾ, ਅਤੇ ਪਰ ਜਿਹੜੀ ਚੀਜ਼ ਦੀ ਗਿਣਤੀ ਇੰਨੀ ਆ ਉੱਥੇ ਵੈਸੇ ਹੋਣੀ ਨਹੀਂ ਚਾਹੀਦੀ ਚੋਰੀ। ਐਮਸਟਰਡਮ 'ਚ ਇੱਕ ਹੋਰ ਮੈਂ ਤੁਹਾਨੂੰ ਖਾਸ ਗੱਲ ਦੱਸਦਾ ਜਿਹਦਾ ਤੁਸੀਂ ਧਿਆਨ ਰੱਖਣਾ ਹੈਗਾ, ਅਤੇ ਇੱਥੇ ਜਿਹੜੀਆਂ ਕੌਫੀ ਸ਼ੋਪਸ ਹੈ ਨਾ, ਅਤੇ ਉਹ ਮਤਲਬ ਕੌਫੀ ਪੀਣ ਵਾਲੀਆਂ ਨਹੀਂ ਹੈਗੀਆਂ ਜਿਵੇਂ ਇੱਥੇ ਉੱਪਰ ਆ ਗਿਆ, ਅਤੇ ਤੁਹਾਨੂੰ ਮੈਂ ਦੱਸਦਾ ਉਹ ਲਿਖਿਆ ਨਾ ਉੱਪਰ ਕੌਫੀ ਸ਼ੋਪਸ, ਅਤੇ ਇੱਥੇ ਸਿਗਰਟ ਪੀਂਦੇ ਆ ਲੋਕ। ਇਹ ਸਿਗਰਟ ਪੀਣ ਲਈ ਸਪੈਸ਼ਲ ਥਾਂ ਬਣਾਈ ਹੋਈ ਹੈ, ਅਤੇ ਜਿੱਥੇ ਤੁਸੀਂ ਕੌਫੀ ਵੈਸੇ ਪੀਣੀ ਹੈ ਉਹ ਰੈਸਟੋਰੈਂਟਸ ਹੁੰਦਾ ਜਾਂ ਉਹਨੂੰ ਕੈਫੇ ਬੋਲਦੇ ਆ, ਉਹਨੂੰ ਕੈਫੇ, ਅਤੇ ਜਿਹੜੀ ਕੌਫੀ ਸ਼ੋਪਸ ਹੈ ਉਹ ਸਿਗਰਟ ਪੀਣ ਦੀ ਜਗ੍ਹਾ। ਕੌਫੀ ਸ਼ਾਪ ਮਤਲਬ ਸਿਗਰਟ ਵਾਲਾ ਏਰੀਆ, ਕੈਫੇ ਮਤਲਬ ਲੰਚ ਡਿਨਰ ਬ੍ਰੇਕਫਾਸਟ। ਇਹੋ ਜਿਹਾ ਭੁਲੇਖਾ ਅਸੀਂ ਇੱਕ ਇਟਲੀ 'ਚ ਵੀ ਖਾਧਾ ਸੀਗਾ, ਅਤੇ ਇਟਲੀ 'ਚ ਵੀ ਕੈਫੇ ਨੂੰ ਪਹਿਲਾਂ ਤਾਂ ਕੁਛ ਹੋਰ ਬੋਲਿਆ ਜਾਂਦਾ ਸੀ, ਬਾਰ ਉੱਥੇ ਬਾਰ ਹਾਂ ਹਾਂਜੀ 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 ਐਗਜ਼ੈਕਟਲੀ, ਅਤੇ ਉੱਥੇ ਬਾਰ ਬੋਲਦੇ ਸੀਗੇ, ਉੱਥੇ ਸਾਰੇ ਜਣੇ ਬੋਲਦੇ ਵੀ ਇਦਾਂ ਵੀ ਮੈਂ ਬਾਰ ਤੇ ਬਾਰ ਤੇ ਚੱਲੇ ਆ। ਸਾਨੂੰ ਲੱਗਿਆ ਯਾਰ ਵੀ ਇਹਦੀ ਜਿੱਦਾਂ ਸੀ ਪਹਿਲੇ ਪਹਿਲੇ ਕਿ ਜਿੱਦਾਂ ਰੂਪੀ ਦੀਆਂ ਵੀ ਸਾਨੂੰ ਬਿਨਾਂ ਪੁੱਛੇ ਕਹਿੰਦੇ ਆਜੋ ਬਾਰ ਤੇ ਚੱਲੀਏ, ਤੇ ਇਹੀ ਐਕਸਪੀਰੀਅੰਸ ਹੁੰਦਾ ਵੱਖ ਵੱਖ ਜਦੋਂ ਤੁਸੀਂ ਕੰਟਰੀਜ਼ 'ਚ ਜਾਂਦੇ ਹੋ ਚੀਜ਼ਾਂ ਸਿੱਖਦੇ ਹੋ ਹੈ ਨਾ, ਤੁਹਾਨੂੰ ਪਤਾ ਲੱਗਦਾ, ਅਤੇ ਇਹੀ ਟਰੈਵਲਿੰਗ ਦੇ ਰਾਹੀਂ ਅਸੀਂ ਤੁਹਾਨੂੰ ਦੱਸਣਾ ਹੁੰਦਾ ਹੈਗਾ। ਇਹ ਸ਼ਹਿਰ ਦੇ ਵਿੱਚ ਨਾ ਹੈਨਿਕਨ ਬੀਅਰ ਵੀ ਬਣਦੀ ਹੈ ਐਮਸਟਰਡਮ ਦੇ ਵਿੱਚ, ਆ ਉੱਪਰ ਲੱਗਿਆ ਹੋਇਆ ਇੱਥੇ, ਅਤੇ ਪਰ ਅਸੀਂ ਖੁਦ ਦੇਖ ਕੇ ਆਵਾਂਗੇ, ਉਹਦਾ ਵਲੋਗ ਨਹੀਂ ਬਣਾਉਂਦੇ ਕਿਉਂਕਿ ਸੇਮ ਚੀਜ਼ਾਂ ਹੋ ਜਾਂਦੀਆਂ, ਫਿਰ ਰਿਪੀਟ ਹੋਣ ਲੱਗ ਜਾਂਦੀਆਂ। ਪਹਿਲਾਂ ਦਿਖਾਇਆ ਤੁਹਾਨੂੰ ਸਾਰੀਆਂ ਬਣਦੀਆਂ।
ਐਮਸਟਰਡਮ 'ਚ ਜੇ ਤੁਸੀਂ ਸਪੈਸ਼ਲੀ ਸ਼ੋਪਿੰਗ ਦੇ ਲਈ ਆਏ ਹੋ ਤਾਂ ਡੈਮ ਸਕੁਅਰ ਦੇ ਨੇੜੇ ਇੱਕ ਸਟਰੀਟ ਹੈ ਬਹੁਤ ਮਸ਼ਹੂਰ, ਅਤੇ ਤੁਹਾਨੂੰ ਮੈਂ ਉਹਦਾ ਨਾਮ ਦਿਖਾ ਦਿੰਦਾ, ਅਤੇ ਇਹਦਾ ਨਾਮ ਹੈਗਾ ਜੀ ਕੈਲਵਰ ਸਟ੍ਰੈਥ ਕਰਕੇ, ਅਤੇ ਜਿਹੜਾ ਸਟ੍ਰੈਥ ਹੈ ਸਟਰੀਟ ਨੂੰ ਡੱਚ ਦੇ ਵਿੱਚ ਸਟ੍ਰੈਥ ਬੋਲਦੇ ਆ, ਅਤੇ ਇਹ ਇਹ ਗਲੀ ਹੈ, ਇਹਦੇ 'ਚ ਤੁਹਾਨੂੰ ਦੋਨੇ ਪਾਸੇ ਪੂਰੇ ਮਤਲਬ ਸਟੋਰਸ ਮਿਲਣਗੇ, ਮਹਿੰਗੇ ਮਹਿੰਗੇ ਜਿਵੇਂ ਹਰ ਦੇਸ਼ 'ਚ ਸਟਰੀਟਸ ਹੁੰਦੀਆਂ ਨੇ, ਦੇਖੋ ਪੂਰੀ ਗਲੀ ਭਰੀ ਹੋਈ ਆ, ਰੌਣਕ ਮੇਲਾ ਲੱਗਿਆ ਹੋਇਆ, ਅਤੇ ਸਾਰੀ ਗਲੀ ਇਹ ਪੂਰੀ ਸ਼ੋਪਿੰਗ ਲਈ ਫੇਮਸ ਹੈਗੀ। ਅਤੇ ਇੱਥੇ ਤੁਹਾਨੂੰ ਵੱਡੇ ਤੋਂ ਵੱਡਾ ਅਤੇ ਛੋਟੇ ਤੋਂ ਛੋਟਾ ਸਾਰੇ ਬ੍ਰਾਂਡ ਤੁਹਾਨੂੰ ਮਿਲ ਜਾਣਗੇ, ਜਿਵੇਂ ਸਾਡੇ ਇੱਥੇ ਪਿੱਛੇ ਹੈਗਾ ਪੁੱਲ ਐਂਡ ਬੀਅਰ, ਕਿਕੋ ਮਿਲਾਨੋ, ਸਾਰੇ ਜਿਹੜੇ ਆਪਾਂ ਦੇਖ ਰਹੇ ਹਾਂ। ਹਾਂਜੀ, ਅਰਮਾਨੀ ਸੇਲ ਵੀ ਮੈਨੂੰ ਲੱਗਦਾ ਇੱਥੇ ਲੱਗੀ ਹੋ ਰਹਿੰਦੀ ਆ। ਸਮਰ ਸੇਲ ਚੱਲ ਰਹੀ ਹੈ। ਸਮਰ ਸੇਲ? ਹਾਂਜੀ, ਜੁਲਾਈ ਦੇ ਮਹੀਨੇ 'ਚ, ਪਤਾ ਨਹੀਂ ਉੱਥੇ ਲਿਖਿਆ ਹੋਇਆ ਸੀ ਸਮਰ ਸੇਲ। ਚਲੋ ਥੋੜਾ ਜਿਹਾ ਗੇੜਾ ਦੇ ਕੇ ਆਉਂਦੇ ਇਹਨਾਂ ਲਈ ਤਾਂ ਸਮਰ ਹੈ ਨਾ। ਹਾਂਜੀ, ਇਹਨਾਂ ਲਈ ਸਮਰ। ਖਾਣ ਪੀਣ ਦੇ ਲਈ ਇੱਥੇ ਇੱਕ ਹੋਰ ਗਲੀ ਸਭ ਤੋਂ ਜ਼ਿਆਦਾ ਮਸ਼ਹੂਰ ਹੈਗੀ, ਅਤੇ ਇਹਦਾ ਨਾਮ ਔਖਾ ਹੈਗਾ, ਅਤੇ ਇੱਥੇ ਤੁਹਾਡੇ ਸਾਹਮਣੇ ਆ ਰਿਹਾ ਹੋਣਾ, ਪੜ੍ਹ ਲਿਓ। ਅਤੇ ਇਹਦੇ 'ਚ ਤੁਹਾਨੂੰ ਸਭ ਤੋਂ ਵੱਧ ਫੂਡ ਚੇਂਜ ਮਿਲਣਗੀਆਂ, ਜੇ ਤੁਸੀਂ ਟ੍ਰੈਡੀਸ਼ਨਲ ਜਿਹੜਾ ਹੋਲੈਂਡ ਦਾ ਜਿਹੜਾ ਖਾਣਾ ਖਾਣਾ ਹੈਗਾ ਅਤੇ ਉਹ ਵੀ ਤੁਹਾਨੂੰ ਇੱਥੇ ਮਿਲ ਜੂਗਾ, ਜਾਂ ਇਸ ਤੋਂ ਇਲਾਵਾ ਫਿਰ ਮੈਕਡੀ, KFC, ਬਰਗਰ ਕਿੰਗ, A to Z ਜੋ ਵੀ ਹੁੰਦਾ ਸਾਰਾ ਕੁਝ ਤੁਹਾਨੂੰ ਇੱਥੇ ਮਿਲ ਜੂਗਾ। ਦੇਖਿਓ ਇੱਥੇ ਲਿਖਿਆ ਹੋਇਆ ਕਿ ਸਪੈਸ਼ਲੀ ਇੱਥੇ ਹੋਲੈਂਡ ਦੀ ਨੰਬਰ 1 ਫ੍ਰਾਈਜ਼, ਵੋਟਡ ਨੰਬਰ 1, ਇਹ ਹੋਲੈਂਡ ਦੀ ਸਪੈਸ਼ਲ ਫ੍ਰਾਈਜ਼ ਵੀ ਇਸੇ ਗਲੀ 'ਚ ਮਿਲਦੀਆਂ ਹੈ। ਆਪਾਂ ਇਹੀ ਟਰਾਈ ਕਰ ਲੈਣੇ, ਕੁਝ ਨਹੀਂ ਹੁੰਦਾ, ਫੈਟ ਲੈ ਲੈਣੇ ਅੱਜ। ਤੁਹਾਨੂੰ ਇੱਥੇ ਹੋਰ ਚੀਜ਼ ਦਿਖਾਉਣਾ ਇਹਨਾਂ ਦਾ ਫੈਬਕਿਊ, ਅਤੇ ਇੱਥੇ ਨਾ ਇਹਨਾਂ ਨੂੰ ਵੈਂਡਿੰਗ ਮਸ਼ੀਨਸ ਬੋਲਦੇ ਆ। ਖੁਸ਼ੀ ਹੋ ਰਿਹਾ ਹੋ? ਮੈਂ ਕਿਉਂ ਚ ਲੱਗੀ ਸੀ। ਆ ਵੈਂਡਿੰਗ ਮਸ਼ੀਨ ਦਾ, ਤੇ ਇੱਥੇ ਜਿੰਨਾ ਖਾਣਾ ਹੈ ਉਹ ਤੁਹਾਨੂੰ ਇਹਦੇ ਵਿੱਚ ਮਿਲਦਾ ਹੈਗਾ, ਇਹ ਵੀ ਇੱਥੋਂ ਦਾ ਸਪੈਸ਼ਲ ਹੈਗਾ, ਅਤੇ ਆ ਸਾਰਾ ਇਹਦੇ ਵਿੱਚ ਤੁਸੀਂ ਕੋਇਨ ਪਾਓਗੇ ਤੇ ਨਿਕਲ ਆਊਗਾ, ਤੇ ਇਹ ਹੋਲੈਂਡ ਦਾ ਬਹੁਤ ਜ਼ਿਆਦਾ ਮਤਲਬ ਤੁਸੀਂ ਅੱਜ ਤੱਕ ਫ੍ਰੀਜ਼ਰ ਦੇ ਵਿੱਚ ਜਿਵੇਂ ਕੋਲਡ ਡਰਿੰਕ ਲੈ ਲਿਆ, ਵਾਟਰ ਬੋਟਲ ਲੈ ਲਈ, ਹੌਟ ਮਤਲਬ ਕੋਲਡ ਚੀਜ਼ਾਂ ਤਾਂ ਨਹੀਂ ਹੋਣੀਆਂ, ਏਅਰਪੋਰਟ ਤੇ ਦੇਖਦੇ ਆ, ਬਟ ਇਹ ਹੌਟ ਚੀਜ਼ਾਂ ਲਈ ਆ, ਮਤਲਬ ਏਅਰਪੋਰਟ ਤੇ ਜ਼ਿਆਦਾਤਰ ਇਹ ਲੱਗਿਆ ਹੁੰਦਾ, ਪਰ ਇੱਥੇ 24 ਘੰਟੇ ਖੁੱਲ੍ਹਾ ਰਹਿੰਦਾ ਕਹਿੰਦੇ ਰਾਤ ਨੂੰ। ਇਹਦੇ ਵਿੱਚ ਆਪਾਂ ਕੁਛ ਵੀ ਪਾਵਾਂਗੇ ਨਾ, ਜਿਵੇਂ ਮੰਨ ਲਓ ਆਪਾਂ ਨੂੰ ਆਹ ਚੀਜ਼ ਚਾਹੀਦੀ ਹੈ ਤੇ ਇੱਥੇ ਕਾਰਡ ਸਵੈਪ ਕਰ ਸਕਦੇ ਹੋ, ਆਹ ਕਾਰਡ ਲਈ ਸਵੈਪ ਕਰਨ ਲਈ ਦਿੱਤਾ, ਤੁਹਾਨੂੰ ਇਹ ਬਾਕਸ ਓਪਨ ਹੋ ਜਾਊਗਾ, ਇਹਦੇ ਵਿੱਚ ਚੀਜ਼ ਨਿਕਲੇ, ਫ੍ਰਾਈਜ਼, ਬਰਗਰ ਤੇ ਗ੍ਰਿਲ ਬਰਗਰ ਸਾਰਾ ਕੁਝ ਮਿਲ ਰਿਹਾ, ਪ੍ਰਾਈਸ ਇਹਦਾ ਆ ਰਿਹਾ, ਅਸੀਂ ਇਹ ਚੀਜ਼ਾਂ ਜ਼ਿਆਦਾ ਖਾਣੀਆਂ ਨਹੀਂ ਹੈਗੀਆਂ। ਅਤੇ ਸਪੈਸ਼ਲੀ ਗਲੀ ਜਿਹੜੀ ਪੂਰੀ ਖਾਣ ਪੀਣ ਲਈ ਮਸ਼ਹੂਰ ਹੈਗੀ, ਬਹੁਤ ਸਾਰੇ ਲੋਕ ਸਪੈਸ਼ਲ ਇਹ ਗਲੀ 'ਚ ਖਾਣ ਪੀਣ ਲਈ ਆਉਂਦੇ, ਅਤੇ ਅਸੀਂ ਆਹ ਫ੍ਰਾਈਜ਼ ਟਰਾਈ ਕਰਦੇ ਹਾਂ, ਅਤੇ ਇਹਨਾਂ ਦੇ ਫ੍ਰਾਈਜ਼ ਕਿਹੋ ਜਿਹੇ, ਵੈਸੇ ਤਾਂ ਇਹ ਵੀ ਨਹੀਂ ਹੈਲਦੀ ਅਨਹੈਲਦੀ ਆ, ਪਰ ਮਸ਼ਹੂਰ ਹੈ ਜੀ ਇੱਥੋਂ ਦੇ, ਕੀ ਕਰੀਏ ਖਾਣੇ ਬਣਦੇ ਆ। ਤੁਹਾਨੂੰ ਦਿਖਾ ਦਈਏ ਫ੍ਰਾਈਜ਼ ਇਹਨਾਂ ਦੇ, ਚੀਜ਼ ਸੌਸ ਪਾਈਆ, ਉਹ ਵਾਈਟ ਜੀ ਨਹੀਂ ਪਾਈਆਂ ਨੇ, ਨਹੀਂ ਓਕੇ। ਇਹ ਮੈਂ ਉਹਨੂੰ ਪੁੱਛਿਆ ਸੀ ਕਿ ਤੁਹਾਡੇ ਬੈਸਟ ਕਿਹੜੀ ਆ, ਉਹ ਕਹਿੰਦਾ ਇਹ ਵਾਲੀ ਬੈਸਟ ਆ। 1991 ਦੇ ਚਲਾ ਰਹੇ ਆ ਜੀ ਇਹ, ਸਿੰਸ 1991, ਤੇ ਹੁਣ ਟੇਸਟ ਕਰਕੇ ਦੱਸਦੇ ਆ ਕਿ ਨੰਬਰ 1 ਫ੍ਰਾਈਜ਼ ਹੈ ਕਿਹੋ ਜਿਹੇ ਆ ਖਾਣ 'ਚ। ਵਾਕਈ ਬਈ ਗੱਲਬਾਤ ਹੈਗੀ ਆ, ਤੇ ਜਦੋਂ ਆਓਗੇ ਟਰਾਈ ਕਰਿਓ ਜ਼ਰੂਰ, ਤੇ ਸਪੈਸ਼ਲੀ ਨਾਲੇ ਜਿਹੜੀ ਚੀਜ਼ 30 ਸਾਲ ਹੋ ਗਏ ਚੱਲਦੀ ਨੂੰ, ਹੋਲੈਂਡ ਦੀ ਮਸ਼ਹੂਰ ਹੈ ਕਹਿੰਦੇ, ਤੇ ਫਿਰ ਟਰਾਈ ਕਰਨੀ ਚਾਹੀਦੀ ਆ ਜਦੋਂ ਆਇਓ। ਹੈ ਨਾਲੇ ਫ੍ਰਾਈਜ਼ ਵਰਗੇ ਫ੍ਰਾਈਜ਼ ਨਹੀਂ ਲੱਗ ਰਹੇ, ਜਿਵੇਂ ਆਪਣੇ ਸ਼ਕਰਗੰਦੀ ਆ, ਸ਼ਕਰਗੰਦੀ ਵਰਗੀ ਆ, ਆਮ ਫ੍ਰਾਈਜ਼ ਨਾਲੋਂ ਥੋੜ੍ਹਾ ਜਿਹਾ ਫਰਕ ਹੈ ਇਹਦਾ। ਸ਼ਾਮ ਦੇ 3 ਵੱਜ ਗਏ ਅਤੇ ਅਸੀਂ ਹੁਣ ਜਾ ਰਹੇ ਹਾਂ ਜੀ ਆਪਣੇ ਹੋਟਲ ਦੇ ਵੱਲ, ਅਤੇ ਸੈਂਟਰਲ ਰੇਲਵੇ ਸਟੇਸ਼ਨ ਨੂੰ ਜਾ ਰਹੇ ਹਾਂ ਅਸੀਂ, ਅਤੇ ਇੱਕ ਆਹ ਜਗ੍ਹਾ ਇੱਥੇ ਹੋਰ ਦੇਖਣ ਵਾਲੀ, ਇਹ ਵੀ ਤੁਹਾਨੂੰ ਦਿਖਾ ਦਈਏ, ਇਹ ਵਰਲਡ ਵਾਰ 2 ਦੇ ਨਾਲ ਸੰਬੰਧਿਤ ਹੈਗੀ। ਇਹ ਸਵੇਰੇ ਜਿਹੜਾ ਅਸੀਂ ਡੈਮ ਸਕਿਓਰ ਦੇ ਵਿੱਚੋਂ ਦੀ ਲੰਘੇ ਸੀ, ਬਿਲਕੁਲ ਉਹਦੇ ਕੋਲ ਬਣੀ ਹੋਈ ਹੈ,
ਤੇ ਵੀ ਤੁਸੀਂ ਦੇਖ ਕੇ ਜਾ ਸਕਦੇ ਹੋ। ਦੂਜੇ ਸੰਸਾਰ ਜੰਗ ਨੇ ਤਾਂ ਤੁਹਾਨੂੰ ਪਤਾ ਇੱਥੇ ਸਾਰੇ ਪਾਸੇ ਕਿਤੇ ਨਾ ਕਿਤੇ ਛੋਟੀਆਂ ਛੋਟੀਆਂ ਯਾਦਾਂ ਬਣੀਆਂ ਹੋਈਆਂ ਪੂਰੇ ਯੂਰਪ ਦੇ ਵਿੱਚ। ਅਤੇ ਇੱਕ ਹੋਰ ਚੀਜ਼ ਇੱਥੇ ਡੈਮ ਸਕੁਆਇਰ ਦੇ ਵਿੱਚ ਦੇਖਣ ਵਾਲੀ ਹੈ, ਅਤੇ ਉਹ ਬਹੁਤ ਪੁਰਾਣੀ ਚਰਚ ਹੈ, ਇੱਧਰਲੇ ਪਾਸੇ ਹੈਗੀ। ਸਵੇਰੇ ਅਸੀਂ ਉਹ ਜਗ੍ਹਾ ਕੋਲ ਦੀ ਲੰਘੇ ਸੀ, ਉਹ ਸਾਹਮਣੇ ਚਰਚ ਹੈਗੀ, ਅਤੇ ਉਹ ਵੀ ਦੇਖਣ ਵਾਲੀ ਹੈ ਅੰਦਰਲੇ ਪਾਸਿਓ। ਅਤੇ ਉਹਦੀ ਟਿਕਟ ਹੈਗੀ ਹੈ ਮੇਰੇ ਖਿਆਲ 'ਚ 15-20 ਯੂਰੋ ਦੀ ਟਿਕਟ ਹੈ। ਅਤੇ ਜਿਹੜਾ ਐਮਸਟਰਡਮ ਦਾ ਆਹ ਏਰੀਆ, ਇਹਦਾ ਨਾਮ ਹੈਗਾ ਡਾਮਾਰਕ, ਅਤੇ ਇਹ ਸੈਂਟਰਲ ਰੇਲਵੇ ਸਟੇਸ਼ਨ ਦੇ ਬਿਲਕੁਲ ਕੋਲ ਹੀ ਹੈਗਾ, ਅਤੇ ਕਾਫੀ ਵਧੀਆ ਫੋਟੋ ਸੈਸ਼ਨ ਲਈ ਕਾਫੀ ਵਧੀਆ ਲੋਕ ਇੱਥੇ ਫੋਟੋਜ਼ ਖਿੱਚਦੇ। ਪੂਰਾ ਐਂਡ ਐਮਸਟਰਡਮ ਇੱਥੋਂ ਲੱਗਦਾ, ਇੱਕ ਵਾਈਬ ਆਉਂਦੀ ਹੈ। ਉਹ ਜਿਵੇਂ ਵੈਨਿਸ 'ਚ ਘਰ ਪਾਣੀ ਸੀ ਨਾ, ਇੱਥੇ ਵੀ ਦੇਖੋ ਸਾਹਮਣੇ ਵਾਲੇ ਘਰ ਸਾਰੇ ਪਾਣੀ 'ਚ ਹੈਗੇ। ਅਤੇ ਇੱਥੋਂ ਵੈਸੇ ਮੇਨਲੀ ਬੋਟਸ ਮਿਲਦੀਆਂ ਹੈਗੀਆਂ ਬਹੁਤ ਜ਼ਿਆਦਾ। ਜੇ ਤੁਸੀਂ ਪੂਰੇ ਸ਼ਹਿਰ 'ਚ ਘੁੰਮਣਾ ਤਾਂ ਸੈਂਟਰਲ ਰੇਲਵੇ ਸਟੇਸ਼ਨ ਦੇ ਕੋਲੋਂ ਹੀ ਜਿਹੜੀ ਬੋਟ ਆ ਉਹ ਤੁਸੀਂ ਇੱਥੋਂ ਕਰ ਸਕਦੇ ਹੋ। ਆ ਦੇਖੋ 1 ਘੰਟੇ ਲਈ ਗਾਈਡਡ ਕੈਨਾਲ ਕਰੂਜ਼ ਟਿਕਟਸ, 1 ਘੰਟੇ ਦੇ ਰੁਪਏ 14.5 ਯੂਰੋ ਹੈ। 14 ਯੂਰੋ, 14.5, ਠੀਕ ਆ, ਸਸਤਾ ਹੀ ਆ, ਕੋਈ ਬੜਾ ਮਹਿੰਗਾ ਨਹੀਂ। 1 ਆਵਰ ਦੀ, ਹਾਂਜੀ। ਪਰ ਅਸੀਂ ਜਿਹੜਾ ਇਹ ਕਰਨਾ, ਅਸੀਂ ਅੱਗੇ ਜਾ ਕੇ ਕਰਨਾ, ਪਿੰਡ 'ਚ ਜਾਵਾਂਗੇ ਨਾ ਅਸੀਂ ਕੱਲ੍ਹ ਨੂੰ, ਅਤੇ ਉੱਥੇ ਅਸੀਂ ਘੁੰਮਣਾ ਫਿਰਨਾ ਹੈ। ਸੋ ਇਹ ਸੀ ਜੀ ਆਪਣਾ ਅੱਜ ਦਾ ਵਲੋਗ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ। ਬਹੁਤ ਸੋਹਣਾ ਸ਼ਹਿਰ ਲੱਗਿਆ, ਬਹੁਤ ਵਧੀਆ ਰਿਹਾ ਆਲਾ ਦੁਆਲਾ। ਅਤੇ ਤੁਰਦੇ ਤੁਰਦੇ ਵਾਪਸ ਅਸੀਂ ਉਸੇ ਜਗ੍ਹਾ 'ਤੇ ਸੈਂਟਰਲ ਰੇਲਵੇ ਸਟੇਸ਼ਨ ਦੇ ਕੋਲ ਪਹੁੰਚ ਗਏ ਹਾਂ, ਅਤੇ ਇੱਥੋਂ ਹੁਣ ਮੈਟਰੋ ਲੈਣੀ ਹੈ, ਮੈਟਰੋ ਲੈ ਕੇ ਜਾਣਾ ਵਾਪਸ, ਅਤੇ ਕੱਲ੍ਹ ਦਾ ਸਫ਼ਰ ਇੱਥੋਂ ਫਿਰ ਸ਼ੁਰੂ ਕਰਾਂਗੇ। ਕੱਲ੍ਹ ਨੂੰ ਅਸੀਂ ਤੁਹਾਨੂੰ ਘੁਮਾਉਣੇ ਹੈ ਨੀਦਰਲੈਂਡ ਦੇ ਸੋਹਣੇ ਸੋਹਣੇ ਪਿੰਡ ਅਤੇ ਬਹੁਤ ਪੁਰਾਣੀਆਂ ਚੀਜ਼ਾਂ ਨੀਦਰਲੈਂਡ ਦੀ। ਅਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਊਗਾ ਅੱਜ ਦਾ ਵਲੋਗ। ਕਿਵੇਂ ਦਾ ਲੱਗਿਆ ਐਮਸਟਰਡਮ ਸ਼ਹਿਰ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਜੀ ਨਵੇਂ ਵਲੋਗਸ 'ਚ ਨਵੀਂ ਵੀਡੀਓ ਦੇ ਨਾਲ, ਫਿਰ ਨੀਦਰਲੈਂਡ। ਗੁੱਡ ਬਾਏ, ਸਤਿ ਸ਼੍ਰੀ ਅਕਾਲ, ਰੱਬ ਰਾਖਾ ਜੀ।